ਕਿਹੜੀ ਉਹਨੇ ਖੈਰ ਗੁਜ਼ਾਰਨੀ ਹੈ। ਮਹਾਰਾਜ ਕਹਿੰਦੇ ਨੇ ਲੋਕ ਕਾਇਆਂ ਦੇ ਵਿੱਚ ਰਚੇ ਨੇ, ਬੜੇ ਆਨੰਦ ਨਾਲ ਇਹ ਵਸਤਰਾਂ ਵਿੱਚ ਗਲਤਾਨ ਨੇ। ਕਹਿੰਦੇ ਨੇ ਜਿੰਨੇ ਚਮੜੀ ਅਤੇ ਪਿਆਰ ਨਾਲ ਕੱਪੜੇ ਪਾਉਣਾ ਪਿਆ, ਇੰਨੇ ਕਿਤੇ ਬੰਦਗੀ ਵੀ ਕਰ ਲੈ। ਮਹਾਰਾਜ ਜੀ ਦੇ ਬਚਨ ਨੇ, ਰੱਤਾ ਪਹਿਨਣ ਮਨ ਰੱਤਾ, ਸਫੇਦੀ ਸਤ ਦਾਨ, ਨੀਲੀ ਸਿਆਹੀ ਕਦਾ ਕਰਨੀ, ਪਹਿਰਨ ਪੈਰ ਧਿਆਨ, ਕਮਰ ਬੰਦ ਸੰਤੋਖ ਕਾ, ਧਨ ਜੋਬਨ ਤੇਰਾ ਨਾਮ ਬਾਬਾ, ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਦੇ ਤਨ ਪੀੜੀਆ, ਮਨ ਮੈਂ ਚੱਲੈ ਵਿਕਾਰ। ਮਹਾਰਾਜ ਨੇ ਵੀ ਕਿਹਾ ਵਾਊ ਸੰਦੇ ਕੱਪੜੇ, ਪਹਿਰੇ ਗਰਭ ਗਵਾਲ, ਬਰੀਕ ਬਰੀਕ ਕੱਪੜੇ। ਵਾਊ ਦਾ ਅਰਥ ਪਿਛਲੇ ਦਿਨ ਇਹ ਸ਼ਲੋਕ ਵੀ ਆਇਆ, ਪਤਲੇ ਕੱਪੜੇ ਜਿਹਦੇ ਵਿੱਚੋਂ ਆਦਮੀ ਦਾ ਜਿਸਮ ਨਜ਼ਰ ਆਉਂਦਾ। ਮਹਾਰਾਜ ਕਹਿੰਦੇ ਨੇ ਲੋਕ ਆਪਣੇ ਜਿਸਮ ਦੀ ਪ੍ਰਦਰਸ਼ਨੀ ਕੱਪੜੇ ਦੇ ਥੱਲੇ ਲਾਉਂਦੇ ਨੇ, ਗਰਭ ਗਵਾਰ ਮੂਰਖ ਹੈ। ਇੱਥੇ ਬਚਨ ਥੋੜ੍ਹੇ ਜਿਹੇ ਨੇ ਕਿ ਕਾਇਆ ਰਤ ਬਹੁ ਰੂਪ ਰਚਾਹੀ, ਕਾਇਆ ਰਤ ਕਾਇਆ ਨੂੰ ਪਿਆਰ ਕਰਦੇ ਹੋਏ ਕਈ ਤਰ੍ਹਾਂ ਦੇ ਰੂਪ ਬਣਾ ਲੈ, ਪੇਕ ਬਣਾ ਲੈ। ਮਹਾਰਾਜ ਕਹਿੰਦੇ ਤਿੰਨ ਕੌ ਦਇਆ ਸੁਪਨੇ ਪੀ ਨਾਹੀ, ਉਹਨਾਂ ਦੇ ਅੰਦਰ ਤਰਸ, ਦਇਆ, ਕਰੁਣਾ ਸੁਪਨੇ ਵਿੱਚ ਵੀ ਕਦੀ ਨਹੀਂ ਆਉਂਦੀ। ਬਾਹਰੋਂ ਭੇਕ ਹੈ, ਚੋਲਾ ਗੇਰਵਾ ਹੈ, ਬਾਹਰੋਂ ਕੱਪੜੇ ਚਿੱਟੇ ਨੇ, ਬਾਹਰੋਂ ਨੀਲਾ ਬਾਣਾ ਹੈ, ਬਾਹਰੋਂ ਕਿਸੇ ਦਾ ਕਾਲਾ ਬਾਣਾ ਹੈ, ਅਤੇ ਮਹਾਰਾਜ ਕਹਿੰਦੇ ਨੇ ਅੰਦਰ ਰੰਚਕ ਮਾਤਰ ਵੀ ਕੋਈ ਦਇਆ ਨਹੀਂ, ਕੋਈ ਤਰਸ ਨਹੀਂ, ਕਿਸੇ 'ਤੇ ਕਰੁਣਾ ਨਹੀਂ, ਕਿਸੇ 'ਤੇ ਤਰਸ ਖਾਂਦੇ ਵੀ ਨਹੀਂ। ਧਰਮ ਦੀ ਜੜ੍ਹ, ਧਰਮ ਦਾ ਮੂਲ ਦਇਆ ਹੈ। ਅਤੇ ਚੇਤੇ ਰੱਖੋ ਪਾਪਾਂ ਦੀ ਜੜ੍ਹ ਜਿਹੜੀ ਉਹ ਹੰਕਾਰ ਹੈ। ਜਿੰਨਾ ਬੰਦਾ ਦਿਆਲੂ ਹੋਵੇਗਾ ਉਹਨੇ ਧਰਮ ਦੇ ਗੁਣ ਉਹਦੇ ਅੰਦਰੋਂ ਸਾਨੂੰ ਮਿਲ ਗਏ, ਅਤੇ ਜਿੰਨਾ ਬੰਦਾ ਹੰਕਾਰੀ ਹੋਵੇਗਾ ਉਹਨਾਂ ਬੰਦਾ ਵੱਡਾ ਗੁਨਾਹਗਾਰ ਵੀ ਹੋਵੇਗਾ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਤੁਲਸੀ ਦਇਆ ਨਾ ਛੋਡੀਏ ਜਬ ਲਗ ਘਟ ਮੈਂ ਪ੍ਰਾਣ, ਜਿੰਨੀ ਦੇਰ ਤੱਕ ਤੇਰੇ ਸਰੀਰ ਵਿੱਚ ਪ੍ਰਾਣ ਨੇ ਉਨੀ ਦੇਰ ਤੱਕ ਦਇਆ ਨਾ ਤਿਆਗੀ। ਪਰ ਇੱਥੇ ਮਹਾਰਾਜ ਜੀ ਨੇ ਕਿਹਾ ਤਿੰਨ ਕੋ ਦਇਆ ਸੁਪਨੇ ਵੀ ਨਾਹੀ, ਪਖੰਡੀ ਬੰਦੇ ਕੋਲ ਦਇਆ ਨਹੀਂ ਹੋ ਸਕਦੀ, ਕਰੁਣਾ ਨਹੀਂ ਹੋ ਸਕਦੀ, ਧਰਮੀ ਬੰਦੇ ਦੇ ਅੰਦਰ ਹੀ ਦਇਆ ਹੋਵੇਗੀ। ਸਿਰਫ ਇੱਕ ਉਦਾਹਰਣ ਮੈਂ ਦੇ ਦਿੰਦਾ, ਭਾਵੇਂ ਉਹ ਹਜ਼ੂਰ ਦੇ ਪਵਿੱਤਰ ਜੀਵਨ ਨਾਲ ਸੰਬੰਧਿਤ ਹੈ। ਤਰਸ, ਦਇਆ, ਕਰੁਣਾ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਜੀਵਨ ਨਾਲ ਹੀ। ਦੁਪਾਲਪੁਰ ਦੇ ਵਿੱਚ ਅਨੇਕਾਂ ਅਮੀਰ ਲੋਕ ਰਹਿੰਦੇ ਨੇ, ਧਰਮੀ ਲੋਕ ਵੀ ਹੋਣਗੇ ਜਿਹੜੇ ਆਪਣੇ ਆਪ ਨੂੰ ਧਰਮੀ ਕਹਿੰਦੇ ਨੇ, ਪਰ ਉਹ ਕੋੜੀ, ਉਹ ਕੁਸ਼ਤੀ ਜਿਸ ਦਾ ਪੂਰੇ ਦਾ ਪੂਰਾ ਬਦਨ ਕੋੜ ਨੇ ਖਾ ਲਿਆ, ਉਹ ਵੀ ਉਸੇ ਦੀਪਾਲਪੁਰ ਵਿੱਚ ਰਹਿੰਦਾ ਹੈ, ਪਰ ਪਿੰਡ ਤੋਂ ਬਾਹਰ ਕੱਢ ਦਿੱਤਾ ਗਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਉਸਦੇ ਕੋਲ ਜਾਂਦੇ ਨੇ, ਪਿਆਰਿਓ ਇੱਕ ਦਇਆ ਹੈ, ਤਰਸ ਹੈ। ਆਮ ਲੋਕ ਉਹਨੂੰ ਧੱਕੇ ਮਾਰਦੇ ਪਏ ਨੇ, ਬਾਹਰ ਕੱਢਦੇ ਪਏ ਨੇ, ਅਤੇ ਗੁਰੂ ਸਾਹਿਬ ਉਸ ਧੱਕੇ ਹੋਏ ਦੇ ਕੋਲ ਬੈਠ ਕੇ ਵੀ ਪਰਮਾਤਮਾ ਦੀ ਬੰਦਗੀ, ਪਰਮਾਤਮਾ ਦਾ ਕੀਰਤਨ ਕਰਦੇ ਨੇ, ਅਤੇ ਅੰਦਰ ਦੇ ਰੋਗ ਦੀ ਉਹਨੂੰ ਜਾਣਕਾਰੀ ਦਿੰਦੇ ਨੇ, ਕਿਉਂਕਿ ਇੱਕ ਤਰਸ ਹੀ ਹੈ, ਦਇਆ ਹੈ ਜਿਹੜੀ ਕੋੜੀ ਦੇ ਕੋਲ ਬਿਠਾਉਂਦੀ ਹੈ। ਮਹਾਰਾਜ ਕਹਿੰਦੇ ਨੇ ਪਰ ਜਿਹੜੇ ਲੋਕ ਪੇਕ ਕਰਦੇ ਨੇ, ਪਖੰਡ ਕਰਦੇ ਨੇ, ਉਹਨਾਂ ਕੋਲ ਸੁਪਨੇ ਵਿੱਚ ਵੀ ਦਇਆ ਨਹੀਂ। ਅਗਲਾ ਬਚਨ ਹੈ ਇਸ ਨਾਲ, ਕਹਿਣ ਲੱਗੇ ਚਾਰ ਚਰਨ ਕਹਿ ਬਹੁ ਆਗਰ। ਇੱਥੇ ਚਰਨ ਦਾ ਅਰਥ ਵੱਖ ਵੱਖ ਵਿਦਵਾਨਾਂ ਨੇ ਆਪਣੇ ਢੰਗ ਨਾਲ ਕੀਤਾ, ਪਰ ਬਹੁਤਾਂਤ ਵਿੱਚ ਇਹਦਾ ਅਰਥ ਕੀਤਾ ਗਿਆ ਚਾਰ ਚਰਨ, ਚਾਰ ਵੇਦ। ਕਹਿ ਆਖਦੇ ਨੇ ਬਹੁ ਆਗਰ, ਬਹੁ ਦਰ ਤੇ ਬਹੁਤ ਆਗਰ ਦਰ ਤੇ ਸਿਆਣੇ ਮੁਖੀ ਲੋਕ, ਕਹਿੰਦੇ ਨੇ ਸਿਆਣੇ ਲੋਕ, ਪੰਡਿਤ ਲੋਕ, ਵਿਦਵਾਨ ਲੋਕ, ਸੂਝਵਾਨ ਲੋਕ ਚਾਰੇ ਵੇਦਾਂ ਨੂੰ ਕਥਨ ਕਰਦੇ ਨੇ, ਬਿਆਨ ਕਰਦੇ ਨੇ, ਪਰ ਕੀ ਉਹਨਾਂ ਦੇ ਬਿਆਨ ਕਰਨ ਨਾਲ ਆਤਮਕ ਸੁੱਖ ਹੈ,
साधु सुख पावे काल सागर। सागर दा अर्थ है समुंदर, साधु दा अर्थ साधु जन संत जन। सुख पावे वह सुख पाते ने इस कलयुग के समुंदर विच, इस कला कलेश दे सागर विच। महाराज कहते हैं चार वेद पढ़न वाले बयान करी जा रहे ने, पर आत्मक सुख दे जेड़े मानन वाले ने वह परमात्मा दे प्यारे साधु जन ने, उन्हां कोल आत्मक सुख है। कबीर साहब ने अखीर ते बड़ा सीधा जिहा रस्ता सानू दस्या ते सरल मार्ग। कमान लग भी है ते बड़ा सरल है, ना कमाया जाए ते बंदा कही जाएगा बड़ा मुश्किल। उन्हें कहा देख पानी च टुब्बियां लाने की लोड़ नहीं ज्यादा, गल तां सिर्फ अपने बदन की सफाई कर, दूजी गल चोखे कपड़े धर्म के नाँ ते पाने की लोड़ नहीं। मैं इस बस्तर का धारनी हाँ, मैं इस बस्तर का धारनी हाँ। तीजी गल चोखे वख्यान करन दी लोड़ नहीं, चोखे ग्रंथा का ज्ञान कट्ठा करन दी लोड़ नहीं। लोड़ तां सिर्फ इन्नी है कि बाकी सारियां गल्लां छड़ दे, सिर्फ परमात्मा दे नाम रस विच भिज जा। बचन है कहो कबीर बहु काए करीजै, बहु दर ते बहु तां कुछ क्यों मैं करा, की लोड़ पई मैं सवेरे शाम इशनान वाले पासे तुरां। पर इहदा मतलब यह नहीं भी आलसी हो जाना, इशनान करना सिखी विच नामदान इशनान दी गल कीती गई, पर आ जिहड़ा भेक है भी सिमरन नहीं करना सिर्फ इशनान करना। महाराज कहिंदे ने फिर भेक छड़ दे, कहो कबीर बहु काए करीजै, की लोड़ है ये कुछ इन्ने बहु कर्म करन दी, सरबस छोड़ सारे छड़ दे। की कर महारस पीजै, जे तू अंदर दा सुख लैना है ते परमात्मा दे नाम दे रस नू पी, सिमरन कर, क्योंकि सिमरन तो उच्चा, नाम रस तो उच्ची होर कोई चीज नहीं। ते सारी बाणी विच गुरमुखो कबीर साहब ने तो अपना श्लोक ही इतों शुरू किया है। वह कहते हैं जिन्ने भी आदि तो लैके अज तक, पहले भगत तो लैके आखिर परमात्मा ने सृष्टि बनाई, जेड़े पहले भगत होए, जेड़ा पहला सिमरन करने वाला होया होना है, परमात्मा नू मनन वाला आस्तक, उस तो लैके अज तक कहते सिलेबस कोई चेंज नहीं होया। एको ही है आदि तो लैके जुगाद तो लैके जिन्हां दे अंदर नू विश्राम मिलिया, सुख मिलिया, सिर्फ इस करके मिलिया उन्होंने अपनी जबान नू माला बना के, जबान रूपी माला दे मणकियां उत्ते नाम टिका दिता है। ये बचन है कबीर मेरी सिमरनी। देखो ये आदत की गल पे करदे ने, कबीर मेरी सिमरनी रसना उपर राम, आद जुगादी सगल भगत ताको सुख विश्राम। आद जुगाद भी जितने भी भगत होए ने सारियां नू सुख ते विश्राम अंदर दा टिका ता मिले है, क्योंकि उन्होंने अपनी जबान नाल सिमरन कीता है। दूसरी बेनती सुखमनी साहब, इहदा मुख विशा जिहड़ा मन विश्राम है, 24 अष्टपदियां 24 श्लोक, यह सिर्फ रहाओ दियां दो तुकां दी व्याख्या कर दी पूरी सुखमनी। सुखमनी सुख अमृत प्रभ नाम, भगत जना कै मन विश्राम, मन दा सुख मिल जाए। सच्चे पातशाह कहिंदे ने भाई बाकी सब कर्म छड, सरबस छोड़ महारस पीजै, बाकी रस छड़ दे। हुण इत्थे सवाल उठेगा भी सरबस छोड़ महारस पीजै छड़े किवें जाण। थोड़ा जिहा एक नजरिया आपो अपना बंदे दा हुंदा है, सोचण दा तरीका है। तुसीं देखो परिवार विच सारे जी हुंदे ने, अखीर ते मैं बेनती करनी चाहना सारयां दी सोच इक्को जिही नहीं हुंदी। असलियत इह वे कि बंदा पॉजिटिव सोचना शुरू करदा, मैं हर वारी बेनती करना, ते नैगेटिव जिहड़ी गल है उहदे विच्चों भी कोई पॉजिटिव चीज मिल सकदी, जिहड़ी नकारात्मक गल है उहदे विच्चों भी कोई सकारात्मक चीज मिल सकदी है।
ਤੇ ਜੇ ਬੰਦੇ ਦੀ ਸੋਚ ਹੀ ਨਕਾਰਾਤਮਕ ਪੁੱਠੇ ਪਾਸੇ ਸੋਚਣ ਵਾਲੀ ਹੈ, ਸੱਚਾਈ ਇਹ ਵੇ ਕਿ ਬ੍ਰਹਮਾ ਵਰਗਾ ਵੇਦ ਲੈ ਕੇ ਵੀ ਖਲੋਤਾ ਹੋਵੇ, ਜਿਹਨੇ ਪੁੱਠਾ ਸੋਚਣਾ ਉਹ ਵੇਦ ਵੀ ਖੰਡਨ ਕਰ ਦਿੰਦਾ।